ਮੈਂ ਕੁਝ ਦੇਖਣ ਚ ਆਇਆ ਜਾ ਆਪਾਂ ਅਗਰ ਰਿਮੂਵ ਕਰ ਦਈਏ ਤਾਂ ਡੈਡ ਕੈਟ ਤਾਂ ਮੈਂ ਕਹਿ ਹੈਗਾ ਇਹ ਜੋ ਡੈਡ ਕੈਟ ਹੋਲਡ ਮੀ ক্লোਜ਼ ਟਿਲ ਆਈ ਗੈਟ ਆਊਟ ਹੇ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਇਹ ਵਲੌਗ ਉਹਨਾਂ ਲਈ ਜਿਨ੍ਹਾਂ ਨੇ ਮੇਰਾ ਵਲੌਗਿੰਗ ਸੈਟਅਪ ਦੇਖਣਾ ਸੀ ਮੈਂ ਸਾਰੇ ਇਕਵਿਪਮੈਂਟ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਲਿੰਕ ਡਿਸਕ੍ਰਿਪਸ਼ਨ ਵਿੱਚ ਨੇ ਉੱਥੋਂ ਜਾ ਕੇ ਬਾਏ ਕਰੋ ਅਗਰ ਤੁਸੀਂ ਵਲੌਗਿੰਗ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਬਹੁਤ ਹੈਲਪਫੁਲ ਹੋਗੀ ਲਾਸਟ ਵੀਡੀਓ ਵਿੱਚ ਮੈਂ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਦਿਖਾਵਾਂਗਾ ਆਪਣਾ ਵਲੌਗਿੰਗ ਸੈਟਅਪ ਅਤੇ ਮੈਂ ਕੀ ਕੀਤਾ ਸੀ ਐਮਾਜ਼ੋਨ ਤੋਂ ਆਰਡਰ ਉਹ ਲਾਸਟ ਵੀਡੀਓ ਵਿੱਚ ਨਹੀਂ ਹੋ ਪਾਇਆ ਹੁਣ ਮੈਂ ਪੂਰੀ ਡੈਡੀਕੇਟਡ ਵੀਡੀਓ ਉੱਥੇ ਬਣਾ ਦਿੱਤੀ ਹੈ ਅਤੇ ਅਗਰ ਪਹਿਲੀ ਗੱਲ ਕਰੀਏ ਆਪਾਂ ਵਲੌਗਿੰਗ ਸੈਟਅਪ 'ਚ ਹੁੰਦਾ ਕੈਮਰਾ ਨੋ ਮੈਟਰ ਤੁਹਾਡੇ ਕੋਲ ਡੀ ਐੱਸ ਐੱਲ ਆਰ ਆ ਫੋਨ ਆ ਤੁਸੀਂ ਵੀਡੀਓ ਸ਼ੂਟ ਕਰ ਸਕਦੇ ਹੋ ਅਗਰ ਤੁਹਾਡਾ ਫੋਨ 1080p ਸ਼ੂਟ ਕਰਦਾ ਜਾਂ 4K ਸ਼ੂਟ ਕਰਦਾ ਤੁਸੀਂ ਅੱਛੀ ਕੁਆਲਿਟੀ ਦੀ ਵੀਡੀਓ ਬਣਾ ਸਕਦੇ ਹੋ ਜੋ ਮੈਂ ਪ੍ਰਾਇਮਰੀ ਕੈਮਰਾ ਯੂਜ਼ ਕਰਦਾ ਉਹ ਹੈਗਾ ਆਈਫੋਨ ਐਕਸ ਅਗਰ ਸੈਕੰਡਰੀ ਦੀ ਗੱਲ ਕਰਾਂ ਤਾਂ ਮੈਂ A20 ਸੈਮਸੰਗ A20 ਦਾ ਸ਼ੂਟ ਕਰਦਾ ਅਗਰ ਮੈਂ ਦੂਸਰੀ ਗੱਲ ਕਰਾਂ ਤਾਂ ਵਲੌਗਿੰਗ ਵਿੱਚ ਐਵੇਂ ਹੁੰਦਾ ਕਿ ਤੁਹਾਨੂੰ ਵਾਈਡ ਵਿਊ ਦਿਖਾਉਣਾ ਹੁੰਦਾ ਉਸ ਵਾਈਡ ਵਿਊ ਲਈ ਮੈਂ ਯੂਜ਼ ਕਰਦਾ ਵਾਈਡ ਐਂਗਲ ਲੈਂਸ ਓਕਾਈ ਦਾ ਵਾਈਡ ਐਂਗਲ ਲੈਂਸ ਆ ਜੋ ਕਿ ਬਹੁਤ ਅੱਛਾ ਵਾਈਡ ਐਂਗਲ ਵਿਊ ਦਿੰਦਾ ਅਗਰ ਮੈਂ ਥਰਡ ਚੀਜ਼ ਦੀ ਗੱਲ ਕਰਾਂ ਉਹ ਹੈਗੀ ਹੈ ਵੋਇਸ ਕੁਆਲਿਟੀ ਜੋ ਮੈਂ ਮਾਈਕ ਯੂਜ਼ ਕਰਦਾ ਉਹ ਹੋਏਗਾ ਬੋਇਆ ਦਾ M1 ਮਾਈਕ ਜੋ ਕਿ ਯੂਨੀਡਾਇਰੈਕਸ਼ਨਲ ਸ਼ਾਟਗਨ ਮਾਈਕ ਆ ਯੂਨੀਡਾਇਰੈਕਸ਼ਨਲ ਸ਼ਾਟਗਨ ਮਾਈਕ ਦਾ ਮਤਲਬ ਕੀ ਹੁੰਦਾ ਕਿ ਉਹ ਇੱਕ ਤਰਫਾ ਵੋਇਸ ਕੈਪਚਰ ਕਰਦਾ ਨਾ ਕਿ ਸਰਾਊਂਡਿੰਗ ਆਪਣੇ ਫੋਨ ਵਿੱਚ ਇੰਟਰਨਲ ਮਾਈਕ ਹੋਣ ਕਰਕੇ ਉਹ ਸਰਾਊਂਡਿੰਗ ਦੀ ਵੋਇਸ ਕੈਪਚਰ ਕਰਦਾ ਨਾ ਕਿ ਜੋ ਬੋਲਦਾ ਉਸਦੀ ਘੱਟ ਕਰਦਾ ਮੇਰੀ ਪਹਿਲਾਂ ਦੀ ਵੀਡੀਓਜ਼ ਨਾਲੋਂ ਹੁਣ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜਸਟ ਬਿਕੋਜ਼ ਆਫ ਦਿਸ ਮਾਈਕ ਮੈਂ ਹੁਣ ਤੁਹਾਨੂੰ ਮਾਈਕ ਉਤਾਰ ਕੇ ਦਿਖਾਵਾਂਗਾ ਤੁਹਾਨੂੰ ਖੁਦ ਡਿਫਰੈਂਸ ਪਤਾ ਚੱਲ ਜਾਏਗਾ ਕਿ ਇੰਟਰਨਲ ਮਾਈਕ ਅਤੇ ਐਕਸਟਰਨਲ ਮਾਈਕ ਦਾ ਕਿੰਨਾ ਡਿਫਰੈਂਸ ਹੁੰਦਾ ਚਲੋ ਮੈਂ ਹੁਣ ਉਤਾਰ ਦਿਆਂ ਮਾਈਕ ਕੁਝ ਦੇਖਣ 'ਚ ਆਇਆ ਜਾ ਆਪਾਂ ਅਗਰ ਰਿਮੂਵ ਕਰ ਦਈਏ ਤਾਂ ਡੈਡ ਕੈਟ ਤਾਂ ਮੈਂ ਕਹਿਗਾ ਇਹ ਜੋ ਡੈਡ ਕੈਟ ਹੈ ਇਹਦਾ ਮਤਲਬ ਕੀ ਹੁੰਦਾ ਡੈਡ ਕੈਟ ਜਦੋਂ ਤੁਸੀਂ ਬਾਹਰ ਕਿਤੇ ਨਾ ਸ਼ੂਟ ਕਰ ਰਹੇ ਹੋ ਵਿੰਡ ਨੋਇਸ ਨਹੀਂ ਆਉਂਦੀ ਨੋਇਸ ਕੈਂਸਲੇਸ਼ਨ ਨਹੀਂ ਹੁੰਦਾ ਨੈਕਸਟ ਅਗਰ ਗੱਲ ਕਰਾਂ ਦੋ ਕੇਬਲਸ ਆਉਂਦੀਆਂ ਨੇ ਇਸ ਵਿੱਚ ਇੱਕ ਕੈਮਰੇ ਲਈ ਹੁੰਦੀ ਹੈ ਇੱਕ ਫੋਨ ਲਈ ਹੁੰਦੀ ਹੈ ਇਹ 3.5 mm ਦਾ ਕਨੈਕਟਰ ਆ ਤੁਸੀਂ ਜੋ ਤੁਹਾਡਾ ਸਿੱਧਾ ਲੱਗ ਸਕਦਾ ਅਗਰ ਤੁਹਾਡੇ ਕੋਲ ਆਈਫੋਨ ਆ ਤਾਂ ਤੁਹਾਨੂੰ ਇਹ ਕੇਬਲ ਲਗਾਉਣੀ ਪਵੇਗੀ ਬਾਹਰੋਂ ਵੀ ਲੈ ਸਕਦੇ ਹੋ ਤੁਸੀਂ ਇਹਦੇ ਨਾਲ ਹੋਰ ਇੱਕ ਸਟੈਂਡ ਦਿੱਤਾ ਜਾਂਦਾ ਜਿਸ 'ਚ ਮਾਊਂਟ ਕਰਕੇ ਤੁਸੀਂ ਆਪਣੇ ਫੋਨ ਹੋਲਡਰ ਉੱਤੇ ਲਗਾ ਸਕਦੇ ਹੋ ਕੈਮਰੇ ਉੱਤੇ ਲਗਾ ਸਕਦੇ ਹੋ ਅਤੇ ਨਾਲ ਦੀ ਨਾਲ ਇੱਕ ਤੁਹਾਨੂੰ ਕੇਸ ਦਿੱਤਾ ਜਾਂਦਾ ਜਿਸ ਵਿੱਚ ਤੁਸੀਂ ਪਾ ਸਕਦੇ ਹੋ ਆਪਣਾ ਵਧੀਆ ਸੇਫ ਰਹੇਗਾ ਇਸ ਵਿੱਚ ਅਗਰ ਮੈਂ ਲਾਸਟ ਚੀਜ਼ ਦੀ ਗੱਲ ਕਰਾਂ ਉਹ ਹੈਗੀ ਸਟੇਬਿਲਟੀ ਸਟੇਬਿਲਟੀ ਲਈ ਤੁਹਾਨੂੰ ਚਾਹੀਦਾ ਹੁੰਦਾ ਟ੍ਰਾਈਪੋਡ ਜੋ ਮੇਰੇ ਕੋਲ ਟ੍ਰਾਈਪੋਡ ਹੈਗਾ ਗੋਰੀਲਾ ਟ੍ਰਾਈਪੋਡ ਗੋਰੀਲਾ ਟ੍ਰਾਈਪੋਡ ਦਾ ਮਤਲਬ ਕਿ ਕਿਵੇਂ ਮਰਜ਼ੀ ਬੈਂਡ ਬੁੰਡ ਹੋ ਕੇ ਤੁਸੀਂ ਕਿਤੇ ਵੀ ਇਹਨੂੰ ਫਿਕਸ ਕਰਕੇ ਆਪਣੀ ਸ਼ੂਟ ਕਰ ਸਕਦੇ ਹੋ ਕੁਝ ਇਸ ਤਰ੍ਹਾਂ ਦਿਖਦਾ ਮੇਰਾ ਸਾਰਾ ਵਲੌਗਿੰਗ ਸੈਟਅਪ ਜੋ ਕਿ ਮੈਂ ਸਾਰਾ ਐਮਾਜ਼ੋਨ ਤੋਂ ਆਰਡਰ ਕੀਤਾ ਡਿਸਕ੍ਰਿਪਸ਼ਨ ਵਿੱਚ ਸਾਰੇ ਲਿੰਕ ਦਿੱਤੇ ਹੋਏ ਆ ਤੁਸੀਂ ਉੱਥੇ ਜਾ ਕੇ ਐਮਾਜ਼ੋਨ ਤੋਂ ਆਰਡਰ ਕਰ ਸਕਦੇ ਹੋ ਅਤੇ ਜਿਸ ਤੋਂ ਮੈਂ ਸ਼ੂਟ ਕਰ ਰਿਹਾ ਉਹ ਹੈਗਾ ਟ੍ਰਾਈਪੋਡ ਜੋ ਕਿ ਮੈਂ ਬਰਨਾਲਾ ਤੋਂ ਲਿੱਤਾ ਸੀ 150 ਰੁਪਏ ਦਾ ਟ੍ਰਾਈਪੋਡ ਆ ਅਗਰ ਮੈਂ ਪੂਰੀ ਕੋਸਟ ਦੱਸਾਂ ਸਾਰੇ ਪ੍ਰੋਡਕਟਸ ਦੀ ਅਰਾਊਂਡ 4000 ਦੇ ਪੈ ਜਾਏਗੀ ਸਾਰੇ ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਸੋ ਮਿਲਦੇ ਨੈਕਸਟ ਟਾਈਮ